सरपंची चोणां नूं लै के जिहड़ा पिंडां दे विच काफी जिहड़ा विवाद होए ने, कुटमार भी हुई है, किवें देख लो? डीसी साहब नूं मिले जी, की गलबात हुई है? ਤੁਸੀਂ ਬਾਕੀ ਤਾਂ ਸੋਸ਼ਲ ਮੀਡੀਆ ਦੇ ਕਰ ਮੇਰੇ ਨੂੰ ਵੱਧ ਜਾਣਦੇ ਹੋ। ਸਾਰੇ ਪੰਜਾਬ ਦੇ ਵਿੱਚ ਕਿੰਨਾ ਗਾਹ ਪਿਆ ਹੋਇਆ, ਇੱਟਾਂ ਰੋੜੇ ਚੱਲ ਰਹੇ ਨੇ, ਕਿੰਨੇ ਕਿੰਨੀਆਂ ਪਟੀਸ਼ਨਾਂ ਪਈਆਂ ਇਸ ਬਾਰੇ। ਮੇਰੇ ਕੋਲ ਹੁਣ ਤੱਕ ਦਾ ਸਭ ਤੋਂ ਵੱਖਰਾ ਰਿਕਾਰਡ ਹੈ ਪੰਚਾਇਤੀ ਚੋਣਾਂ ਦਾ, ਹਿੰਸਾ ਦਾ ਸਭ ਤੋਂ ਵੱਧ। ਵੀ ਇੰਨੀ ਰੌਲ ਗਦੌਲ ਕਦੇ ਵੀ ਨਹੀਂ ਹੋਈ। ਥੋੜ੍ਹਾ ਬਹੁਤ 19 ਦਾ ਹਰ ਸਰਕਾਰ 'ਚ ਹੀ ਪੈਂਦਾ, ਪਰ ਇਸ ਵਾਰ ਤਾਂ ਜਮਾਂ ਰਿਕਾਰਡ ਹੀ ਟੁੱਟ ਗਏ। ਬੁਰਾ ਹਾਲ ਹੈ। 1100 ਦੇ ਕਰੀਬ ਤਾਂ ਪਟੀਸ਼ਨ ਹਾਈ ਕੋਰਟ 'ਚ ਚਲੀ ਗਈ, ਅਤੇ ਤੁਸੀਂ ਦੇਖੋ ਵੀ 1100 ਪਟੀਸ਼ਨ ਵਿੱਚ ਇੱਕ ਬੰਦੇ ਦਾ 50,000 ਰੁਪਇਆ ਘੱਟੋ ਘੱਟ ਲੱਗਿਆ ਨਾ ਹਾਈਕੋਰਟ ਜਾਣ 'ਤੇ। ਅਤੇ ਸਰਕਾਰ ਨੇ ਲੋਕਾਂ ਦਾ ਅਤੇ ਆਮ ਦਾ ਕਿੰਨਾ ਨੁਕਸਾਨ ਕੀਤਾ ਇਸ ਗੱਲ ਨੇ। ਡੀਸੀ ਸਾਹਿਬ ਨੂੰ ਮਿਲੇ ਹੋ, ਕਿੰਨੇ ਕੁ ਪਿੰਡਾਂ ਦੇ ਵਿੱਚ ਅਜਿਹੀਆਂ ਜਿਹੜੀਆਂ ਵਾਰਦਾਤਾਂ ਹੋਈਆਂ ਨੇ ਜੀ, ਕੀ ਗੱਲਬਾਤ ਹੋਈ ਹੈ ਡੀਸੀ ਸਾਹਿਬ ਨੇ, ਕੀ ਭਰੋਸਾ ਦਿੱਤਾ? ਦੇਖੋ ਜੇ ਤਾਂ ਹੁਣ ਮੈਂ ਆਪਦਾ ਕਹਾਂ, ਸਾਡਾ ਤਾਂ ਦੇਖੋ ਰਿਹਾ ਸ਼ਾਂਤੀਪੂਰਨ ਹੈ, ਮੈਂ ਆਪਾਂ ਨਹੀਂ ਕਹਿ ਸਕਦੇ ਕਿਸੇ ਗੱਲ ਤਾਂ, ਪਰੰਤੂ ਵੱਖ ਵੱਖ ਪਿੰਡਾਂ 'ਚ ਬਹੁਤ ਬੁਰਾ ਹਾਲ ਹੋਇਆ। ਜਿੱਦਾਂ ਹੁਣ ਤੁਸੀਂ ਏਸੀ ਲਾ ਲਓ, ਇਹ ਸਤਮਨਜੀਤ ਕੌਰ ਹੈ ਜਿਹੜੀ ਹੈ ਤੁਹਾਡੇ ਕੋਲ, 1 ਵਜੇ ਉਹਨੂੰ ਬਾਹਰ ਕੱਢ ਦਿੱਤਾ ਜਾਂਦਾ ਕਾਉਂਟਿੰਗ ਦੇ। ਜਦੋਂ ਕੈਂਡੀਡੇਟ ਹੀ ਬਾਹਰ ਕੱਢਤਾ, ਫਿਰ ਨਤੀਜੇ ਦੀ ਭਰੋਸੇਯੋਗਤਾ ਕਿੱਥੋਂ ਰਹਿ ਗਈ ਹੈ ਨਾ। ਤਾਂ ਮਨ ਮਰਜ਼ੀਆਂ ਨੇ ਤੁਸੀਂ ਨਤੀਜੇ ਲਾ ਦੇਣੇ ਆ, ਤਾਂ ਫਿਰ ਸਰਪੰਚ ਵੀ ਐਲਾਨ ਦਿਆ ਕਰੋ, ਕੋਈ ਚੱਕਰ ਹੀ ਨਹੀਂ, ਨਾਲੇ ਲੋਕ ਸ਼ਾਂਤੀ ਨਾਲ ਬੈਠਣਾ ਉਹਦੇ ਘਰੇ, ਨਾਲ ਤਾਂ ਪਬਲਿਕ ਨੂੰ ਵੰਡ ਦਿੱਤਾ ਜਾਂਦਾ ਪੂਰਾ ਪੂਰੀ ਤਰ੍ਹਾਂ। ਨਾਲੇ ਫਿਰ ਜਸਟਿਸ ਨਹੀਂ ਕੀਤਾ ਜਾਂਦਾ ਵੀ ਅਸੀਂ ਇਹਨੂੰ ਇਮਾਨਦਾਰੀ ਨਾਲ ਘੱਟੋ ਘੱਟ ਕਾਉਂਟਿੰਗ ਤਾਂ ਹੋ ਜਾਵੇ। ਲੋਕਤੰਤਰ ਨੂੰ ਜਿਉਂਦਾ ਤਾਂ ਰੱਖੋ ਘੱਟੋ ਘੱਟ, ਤੁਸੀਂ ਤਾਂ ਬਿਲਕੁਲ ਉਹਨੂੰ ਨੀਵੇਂ ਪੱਧਰ 'ਤੇ ਲੈ ਆਇਆ। ਠੀਕ ਹੈ।